ਇਹਨਾਂ ਦੇ ਜਵਾਕ ਮੂਸੇ ਵਾਲਾ ਸੁਣਦੇ ਔਖੀ ਰੋਟੀ ਦੇਣਗੇ ਬੁਢਾਪੇ ਵਿੱਚ ਵੀ। ਲਿਖੇ ਜਗਦੇਵ ਮਾਨ ਗਾਣੇ ਸੁਣ ਲਓ, ਹੋ ਕੇ ਪੰਜਾਬੀ ਉਹ ਸਿਆਣੇ ਸੁਣ ਲਓ। ਕੱਲੀ ਕੱਲੀ ਗੱਲ ਲਿਖੇ ਲੱਖ ਲੱਖ ਦੀ ਬੰਦਾ ਰਹਿੰਦਾ ਚੰਗਾ ਰਵੇ ਆਪੇ ਵਿੱਚ ਵੀ। ਲਾਡਾਂ ਨਾਲ ਪਾਲੇ ਪੁੱਤ ਬੈਲੀ ਬਣ ਕੇ ਜਾਨ ਫਸੂ ਜੇਲਾਂ ਦੇ ਸਿਆਪੇ ਵਿੱਚ ਵੀ। ਜਿਨ੍ਹਾਂ ਦੇ ਜਵਾਕ ਮੂਸੇ ਵਾਲਾ ਸੁਣਦੇ ਔਖੀ ਰੋਟੀ ਦੇਣਗੇ ਬੁਢਾਪੇ ਵਿੱਚ ਵੀ। ਦੋਸਤੋ, ਵੱਡੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਮਸ਼ਹੂਰ ਪੰਜਾਬੀ ਗੀਤਕਾਰ ਜਗਦੀਪ ਮਾਨ ਨੇ ਠੋਕ ਕੇ ਜਵਾਬ ਦਿੱਤੇ ਹਨ। ਦੇਖ ਕੇ ਤੁਸੀਂ ਵੀ ਇੱਕਦਮ ਹੈਰਾਨ ਹੋ ਜਾਓਗੇ। ਇਸ ਤੋਂ ਪਹਿਲਾਂ ਜੇਕਰ ਤੁਹਾਨੂੰ ਵੀ ਸਿੱਧੂ ਮੂਸੇਵਾਲਾ ਜਾਂ ਜਗਦੀਪ ਮਾਨ ਵਧੀਆ ਲੱਗਦੇ ਹਨ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਸਿੱਧੂ ਮੂਸੇਵਾਲੇ ਦੀ ਲੋਕਪ੍ਰਿਯਤਾ ਅਤੇ ਪ੍ਰਸਿੱਧੀ ਜਿਵੇਂ ਜਿਵੇਂ ਵੱਧ ਰਹੀ ਹੈ, ਉਵੇਂ ਹੀ ਇੰਡਸਟਰੀ ਦੇ ਦੂਸਰੇ ਕਲਾਕਾਰਾਂ ਵੱਲੋਂ ਉਹਨਾਂ ਦਾ ਲਗਾਤਾਰ ਵਿਰੋਧ ਵੀ ਜਾਰੀ ਹੈ ਅਤੇ ਰੋਜ਼ ਕੋਈ ਨਾ ਕੋਈ ਨਵਾਂ ਕਲਾਕਾਰ ਸਿੱਧੂ ਬਾਰੇ ਜ਼ਰੂਰ ਕੁਝ ਨਾ ਕੁਝ ਬੋਲਦਾ ਹੈ ਤੇ ਖੁਦ ਸਿੱਧੂ ਉਹਨਾਂ ਨੂੰ ਜਵਾਬ ਵਿੱਚ ਕਹਿੰਦੇ ਹਨ ਕਿ ਉਹ ਸਿੱਧੂ ਨਾਲ ਆਪਣਾ ਨਾਮ ਜੋੜ ਕੇ ਮਸ਼ਹੂਰੀ ਹਾਸਲ ਕਰਨਾ ਚਾਹੁੰਦੇ ਹਨ। ਪਰ ਦੂਸਰੇ ਪਾਸੇ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਜਿਹੋ ਜਿਹੇ ਗਾਣੇ ਇੰਡਸਟਰੀ ਵਿੱਚ ਰੋਜ਼ਾਨਾ ਆ ਰਹੇ ਹਨ ਉਹਨਾਂ ਵਿੱਚ ਨੌਜਵਾਨਾਂ ਨੂੰ ਭੜਕਾਇਆ ਜਾ ਰਿਹਾ ਹੈ, ਕਿਉਂਕਿ ਸਿੱਧੂ ਦੇ ਤਕਰੀਬਨ ਹਰ ਇੱਕ ਗਾਣੇ ਵਿੱਚ ਹਥਿਆਰਾਂ ਦੀ ਹੀ ਗੱਲ ਹੁੰਦੀ ਹੈ ਜਿਸ ਨਾਲ ਅੱਜ ਦੀ ਨੌਜਵਾਨੀ ਨੂੰ ਗਲਤ ਰਸਤੇ ਪਾਇਆ ਜਾ ਰਿਹਾ ਹੈ। ਤੇ ਉੱਥੇ ਹੀ ਸਿੱਧੂ ਦੇ ਵਿਰੋਧ ਵਿੱਚ ਇੱਕ ਹੋਰ ਵੱਡੇ ਕਲਾਕਾਰ, ਗੀਤਕਾਰ ਤੇ ਗਾਇਕ ਜਗਦੀਪ ਮਾਨ ਨੇ ਸਿੱਧੂ ਦੇ ਖਿਲਾਫ ਪੂਰੀ ਤਰ੍ਹਾਂ ਮੋਰਚਾ ਖੋਲ ਦਿੱਤਾ ਹੈ। ਜਗਦੀਪ ਮਾਨ ਨੇ ਆਪਣੀ ਇੰਟਰਵਿਊ ਵਿੱਚ ਸ਼ਰਿਆਮ ਸਿੱਧੂ ਦਾ ਨਾਮ ਲੈ ਕੇ ਉਹਨਾਂ ਦੇ ਵਿਰੋਧ ਵਿੱਚ ਗੱਲ ਕੀਤੀ ਹੈ, ਜੋ ਕਿ ਤੁਸੀਂ ਖੁਦ ਇਸ ਵੀਡੀਓ ਵਿੱਚ ਦੇਖ ਸਕਦੇ ਹੋ। ਦੇਖਦੇ ਹਾਂ ਇਹਨਾਂ ਹੀ ਗੱਲਾਂ ਦਾ ਵਾਇਰਲ ਵੀਡੀਓ। ਲਿਖੇ ਜਗਦੇਵ ਮਾਨ ਗਾਣੇ ਸੁਣ ਲੋ, ਹੋ ਕੇ ਪੰਜਾਬੀ ਉਹ ਸਿਆਣੇ ਸੁਣ ਲੋ। ਕੱਲੀ ਕੱਲੀ ਗੱਲ ਲਿਖੇ ਲੱਖ ਲੱਖ ਦੀ, ਬੰਦਾ ਰਹਿੰਦਾ ਚੰਗਾ ਰਵੇ ਆਪੇ ਵਿੱਚ ਬਈ। ਲਾਡਾਂ ਨਾਲ ਪਾਲੇ ਪੁੱਤ ਬੈਲੀ ਬਣ ਗਏ, ਜਾਨ ਫਸੂ ਜੇਲਾਂ ਦੇ ਸਿਆਪੇ ਵਿੱਚ ਬਈ। ਜਿਨ੍ਹਾਂ ਦੇ ਜਵਾਕ ਮੂਸੇ ਵਾਲਾ ਸੁਣਦੇ ਔਖੀ ਰੋਟੀ ਦੇਣਗੇ ਬੁਢਾਪੇ ਵਿੱਚ ਬਈ। ਦੱਸ ਦਈਏ ਕਿ ਜਗਦੀਪ ਮਾਨ ਖੁਦ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪਿਛਲੇ ਦੋ ਦਹਾਕਿਆਂ ਤੋਂ ਵੱਡੇ ਗੀਤਕਾਰ ਵਜੋਂ ਜਾਣੇ ਜਾਂਦੇ ਹਨ ਤੇ ਉਹਨਾਂ ਨੇ ਬਹੁਤ ਸਾਰੇ ਗਾਇਕਾਂ ਨੂੰ ਆਪਣੇ ਗੀਤ ਦੇ ਕੇ ਇੰਡਸਟਰੀ ਵਿੱਚ ਵੱਡਾ ਮੁਕਾਮ ਹਾਸਲ ਕਰਵਾਇਆ ਹੈ। ਜਗਦੀਪ ਮਾਨ ਪਹਿਲੇ ਇਹੋ ਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਬਿਨਾਂ ਡਰੇ ਸ਼ਰਿਆਮ ਸਿੱਧੂ ਮੂਸੇਵਾਲੇ ਦਾ ਨਾਮ ਲੈ ਕੇ ਕਿਹਾ ਕਿ ਜਿਹੜੇ ਜਵਾਕ ਅੱਜ ਮੂਸੇਵਾਲੇ ਦੇ ਗਾਣੇ ਸੁਣਦੇ ਹਨ ਆਉਣ ਵਾਲੇ ਸਮੇਂ ਵਿੱਚ ਆਪਣੇ ਮਾਪਿਆਂ ਨੂੰ ਰੋਟੀ ਤੱਕ ਨਹੀਂ ਦੇਣਗੇ। ਇਹ ਗੱਲ ਜਗਦੀਪ ਮਾਨ ਨੇ ਇਸੇ ਕਰਕੇ ਕਹੀ ਕਿਉਂਕਿ ਉਹਨਾਂ ਨੂੰ ਸਿੱਧੂ ਦੀ ਭੜਕਾਊ ਲਿਖਤ ਤੇ ਗਾਇਕੀ ਬਿਲਕੁਲ ਵੀ ਪਸੰਦ ਨਹੀਂ ਹੈ ਤੇ ਉਹ ਦੇਖਦੇ ਹਨ ਕਿ ਇਸ ਨਾਲ ਆਉਣ ਵਾਲੀ ਪੀੜ੍ਹੀ ਦਾ ਭਾਰੀ ਨੁਕਸਾਨ ਹੋਵੇਗਾ। ਉੱਥੇ ਹੀ ਦੇਖਣਾ ਹੋਏਗਾ ਕਿ ਸਿੱਧੂ ਮੂਸੇਵਾਲਾ ਜਗਦੀਪ ਮਾਨ ਦੀਆਂ ਇਹਨਾਂ ਗੱਲਾਂ ਦਾ ਕੋਈ ਜਵਾਬ ਦਿੰਦੇ ਹਨ ਜਾਂ ਨਹੀਂ। ਤੇ ਦੋਸਤੋ, ਤੁਹਾਨੂੰ ਕੀ ਲੱਗਦਾ ਹੈ ਕਿ ਜਗਦੀਪ ਮਾਨ ਨੇ ਸਿੱਧੂ ਮੂਸੇਵਾਲੇ ਬਾਰੇ ਜੋ ਕੁਝ ਵੀ ਕਿਹਾ ਉਹ ਸਹੀ ਹੈ ਜਾਂ ਗਲਤ? ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ। ਧੰਨਵਾਦ। ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ।